खबर मिली सी कि इस पिंड दे विच नवी चर्च बन जा रही है। जे असीं गुरु घर भी बनाउणा है ना तो सानू अकाल तख्त साहब तो परमिशन लैनी पैंदी आ, जो अकाल तख्त साहब का संविधान आ। तुसीं प्रार्थना थोड़ा जिहा पिछे चले जाओ अंग्रेजों तो पहला, जो आने तो पहला तो तुहानू कोई इत्थे चर्च नज़र नहीं आऊगी, कोई चर्चा का इतिहास नहीं नज़र आऊगा। ये शहीदां दी धरती आ, पंज आब पंजा पाणियां दी धरती आ, पंजा बाणियां दी धरती आ। पर जिहड़े अज दे नवें पास्टर उठे आ, इहनां दा पखंडवा तुसीं आम वेख सकदे हो स्टेजां दे उत्ते। ते मेरी बेनती आ कि इहनां दे पल्ले कख नहीं हैगा। महाराज कहिंदे रोटियां कारण पूरे ताल, आप पछाड़े धरती नाल। ये आ प्रशादे पाणी दा चक्कर इहनां ने बणाया। ते जिहड़ा निहंग सिंघां नूं ताना वजदा सी, अज निहंग सिंघ बैठे आ इत्थे। ते असीं जो धर्म दी गल आ, सच दी गल आ, उत्ते पहरा देवांगे। वाहिगुरू जी का खालसा, वाहिगुरू जी की फतेह। जी गुरमुखो दास रणजीत सिंह सेवादार धन श्री गुरु ग्रंथ साहब सत्कार अते प्रचार सेवा वालों श्रोमणी पंथ अकाली दशमेश तरनादाल पंजवां निशान मिसल बाबा वीर सिंह बाबा धीर सिंह 1300 घोड़सवार जी। खबर मिली सी कि इस पिंड दे विच नवी चर्च बन जा रही है। बेनती पै रही है कि जे असीं गुरु घर भी बनाउणा है ना तो सानू अकाल तख्त साहब तो परमिशन लैनी पैंदी आ, जो अकाल तख्त साहब का संविधान आ। कि जे किसी ने पिंड दे विच गुरुद्वारा साहब बनाउणा है, वेखो साडा इतिहास है, इत्थे शहीदां दीआं कुरबानीआं है, साडे इतिहासक स्थान आ जिथे साडे गुरु साहिबानां ने भावें किते पातशाह दा अवतार होया, भावें किते पातशाह ने जंगां लड़ियां है, भावें किते पातशाह ने चालीआं नूं मुक्त कीता है, उत्थे इतिहासक स्थान बणे आ। ते जे असीं पिंडां दे विच सिंघ सभा गुरुद्वारे वी असीं तैयार कराउणे आ ते सानूं अकाल तख्त साहब तों इजाजत लैणी पैंदी है। ते प्यारिओ इह जिहड़ीआं चर्चां वां, देखो असीं किसे दे धर्म दे खिलाफ़ नहीं। जिथे प्रभु यसू मसीह जी पैदा होए, ਇਹ ਉਹਨਾਂ ਲੋਕਾਂ ਨੂੰ ਮੁਬਾਰਕ ਆ ਜਿਨ੍ਹਾਂ ਦੇ ਵਿੱਚ ਉਹ ਪੈਦਾ ਹੋਏ, ਠੀਕ ਆ ਜੀ। ਇਸ ਧਰਤੀ ਦੇ ਉੱਤੇ ਜਿਹੜੀ ਆਪਾਂ ਇੰਡੀਆ ਦੀ, ਭਾਰਤ ਦੀ ਧਰਤੀ ਕਹਿ ਲਈਏ, ਹਿੰਦੁਸਤਾਨ ਦੀ ਧਰਤੀ ਕਹਿ ਲਈਏ, ਇੱਥੇ ਉਹਨਾਂ ਦੀ ਕੋਈ ਦੇਣ ਨਹੀਂ ਹੈ ਕਿਸੇ ਨੂੰ। ਇਤਿਹਾਸ ਵੇਖੋ, ਤੁਹਾਨੂੰ ਪਤਾ ਸਿਰਜੇ ਜਾਂਦੇ ਆ। ਇਸ ਕਰਕੇ ਬੇਨਤੀ ਆ ਕਿ ਜਿਹੜੇ ਪਹਿਲਾਂ ਕੁਝ ਲੋਕ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ, ਉਦੋਂ ਹੀ ਇੱਥੇ ਇਹ ਜਦੋਂ ਈਸਟ ਇੰਡੀਆ ਕੰਪਨੀ ਲੈ ਕੇ ਆਏ ਨੇ ਅੰਗਰੇਜ਼, ਉਦੋਂ ਹੀ ਇੱਥੇ ਚਰਚਾ ਹੋਂਦ ਵਿੱਚ ਆਈਆਂ। ਉਦੋਂ ਪਹਿਲਾਂ ਕੋਈ ਨਹੀਂ ਸੀਗਾ ਇੱਥੇ ਸਿਸਟਮ। ਤੁਸੀਂ ਪ੍ਰਾਰਥਨਾ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ ਅੰਗਰੇਜ਼ਾਂ ਤੋਂ ਪਹਿਲਾਂ, ਜਦੋਂ ਆਉਣ ਤੋਂ ਪਹਿਲਾਂ ਤਾਂ ਤੁਹਾਨੂੰ ਕੋਈ ਇੱਥੇ ਚਰਚ ਨਜ਼ਰ ਨਹੀਂ ਆਊਗੀ, ਕੋਈ ਚਰਚਾਂ ਦਾ ਇਤਿਹਾਸ ਨਹੀਂ ਨਜ਼ਰ ਆਊਗਾ। ਜਦੋਂ ਅੰਗਰੇਜ਼ ਇੱਥੇ ਆਏ, ਉਹਨਾਂ ਨੇ ਰਾਜ ਕੀਤਾ ਜਿੱਦਾਂ ਸਿੱਖ ਆਪਣੇ ਗੁਰੂ ਘਰਾਂ 'ਚ ਜਾਂਦੇ ਸੀ ਅਤੇ ਹਿੰਦੂ ਮੰਦਰਾਂ 'ਚ ਜਾਂਦੇ ਸੀ, ਇੱਦਾਂ ਫਿਰ ਅੰਗਰੇਜ਼ਾਂ ਨੇ ਆਪਣੀਆਂ ਚਰਚਾਂ ਤਿਆਰ ਕੀਤੀਆਂ ਪ੍ਰਾਰਥਨਾ ਕਰਨ ਵਾਸਤੇ। ਇਹ ਕ੍ਰਿਸਚਨਾਂ ਦਾ ਜਿਹੜਾ ਧਰਮ ਸੀ, ਇਹ ਗੋਰਿਆਂ ਦਾ ਧਰਮ ਸੀ ਅੰਗਰੇਜ਼ਾਂ ਦਾ। ਇੱਕ ਬੰਨੇ 'ਤੇ ਅਸੀਂ ਇੱਥੋਂ ਗੋਰਿਆਂ ਨੂੰ ਆਜ਼ਾਦੀ ਦੀ ਲੜਾਈ ਉਹਨਾਂ ਨਾਲ ਲੜਦੇ ਹਾਂ, ਉਹਨਾਂ ਦਾ ਧਰਮ ਆ ਨਾ ਇਹ। ਅਤੇ ਇੱਕ ਪਾਸੇ 'ਤੇ ਅਸੀਂ ਉਹਨਾਂ ਨਾਲ ਲੜ ਕੇ ਭਗਤ ਸਿੰਘ ਵਰਗਿਆਂ ਨੇ ਉਹਨਾਂ ਦੇ ਗੋਲੀਆਂ ਮਾਰੀਆਂ ਹੈ, ਸ਼ਹੀਦ ਊਧਮ ਸਿੰਘ ਵਰਗਿਆਂ ਨੇ ਜਾ ਕੇ ਲੰਡਨ 'ਚ ਘੇਰਿਆ ਹੈ, ਠੀਕ ਹੈ ਜੀ। ਅਤੇ ਇੱਕ ਪਾਸੇ ਅਸੀਂ ਉਹਨਾਂ ਨੂੰ ਇੱਥੇ ਉਹਨਾਂ ਦੇ ਧਰਮ ਸਥਾਨ ਬਣਾ ਕੇ ਅਤੇ ਪੂਜਦੇ ਹਾਂ। ਇਸ ਕਰਕੇ ਬੇਨਤੀ ਆ ਕਿ ਇਹ ਸ਼ਹੀਦਾਂ ਦੀ ਧਰਤੀ ਆ, ਪੰਜ ਆਬ ਪੰਜਾਂ ਪਾਣੀਆਂ ਦੀ ਧਰਤੀ ਆ, ਪੰਜਾਂ ਬਾਣੀਆਂ ਦੀ ਧਰਤੀ ਆ। ਇਹਨਾਂ ਨੇ ਜਿੱਥੇ ਪਹਿਲਾਂ ਜਦੋਂ ਅੰਗਰੇਜ਼ਾਂ ਤੋਂ ਬਾਅਦ ਜਾਣ ਤੋਂ ਜਿਹੜੀਆਂ ਚਰਚਾਂ ਬਣੀਆਂ ਸੀਗੀਆਂ, ਉਦੋਂ ਦੇ ਜਿਹੜੇ ਕ੍ਰਿਸਚਨ ਬਣੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਆਪਣੀ ਕਿਰਤ ਕਮਾਈ ਕਰਦੇ ਆ, ਪ੍ਰਸ਼ਾਦਾ ਪਾਣੀ ਛਕਦੇ ਆ ਅਤੇ ਆਨੰਦ ਲੈਂਦੇ ਆ। ਅਤੇ ਜਦੋਂ ਉਹਨਾਂ ਦਾ ਕੋਈ ਹੁੰਦਾ ਹੈ, ਉਹ ਆਪਣੀ ਚਰਚ ਦੇ ਵਿੱਚ ਜਾ ਕੇ ਦੁਆ ਸਲਾਮ ਕਰਦੇ ਆ, ਜਿੱਥੇ ਪਹਿਲੀਆਂ ਪੁਰਾਣੀਆਂ ਬਣੀਆਂ, ਉਹਨਾਂ ਨੂੰ ਕਿਸੇ ਨੇ ਡੱਕਿਆ ਨਹੀਂ। ਪਰ ਜਿਹੜੇ ਅੱਜ ਦੇ ਨਵੇਂ ਪਾਸਟਰ ਉੱਠੇ ਆ, ਇਹਨਾਂ ਦਾ ਪਖੰਡਵਾ ਤੁਸੀਂ ਆਮ ਵੇਖ ਸਕਦੇ ਹੋ ਸਟੇਜਾਂ ਦੇ ਉੱਤੇ। ਇਹਨਾਂ ਦੀਆਂ ਜਿਹੜੀਆਂ ਬੀਬੀਆਂ ਸਟੇਜਾਂ 'ਤੇ ਚੜ੍ਹੀਆਂ ਹੁੰਦੀਆਂ, ਉਹਨਾਂ ਦੀਆਂ ਇੱਕੋ ਜਿਹੀਆਂ ਚੁੰਨੀਆਂ ਹੁੰਦੀਆਂ, ਪਲੈਨ ਕਰਕੇ ਉਹਨਾਂ ਨੂੰ ਜਿਹੜਾ ਸਟੇਜ 'ਤੇ ਖਿਲਾਰਿਆ ਹੁੰਦਾ। ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਉਹਨਾਂ ਨੂੰ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਆਉਣਾ ਹੈ, ਤੁਹਾਨੂੰ ਕੋਈ ਰੁਮਾਲ ਲਾਵੇ, ਤੁਹਾਨੂੰ ਕੋਈ ਹੱਥ ਲਾਵੇ। ਈਵਨ ਕਿ ਅਸੀਂ ਇੱਕ ਚਰਚ ਦੇ ਵਿੱਚ ਗਏ ਵੀ ਹਾਂ, ਸਾਡੇ ਸਿੰਘ ਗਏ ਵੀ ਆ, ਉਹਨਾਂ ਦਾ ਪਖੰਡਵਾਦ ਦਾ ਪਰਦਾ ਫਾਸ਼ ਕੀਤਾ ਵਾ, ਉਹ ਜਿਹੜਾ ਫਾਇਰ ਕਰਕੇ ਲੋਕਾਂ ਨੂੰ ਸੁੱਟ ਦਿੰਦੇ। ਅਸੀਂ ਕਿਹਾ ਵੀ ਸਾਨੂੰ ਸੁੱਟ ਕੇ ਵਿਖਾਓ, ਕੋਈ ਦਿਖਾਓ ਕਿਹਨੂੰ ਹੱਥ ਲਾ ਕੇ, ਉਹ ਕਰੋ ਤੇ ਸਹੀ ਕਹੋ। ਹਾਂਜੀ, ਅਤੇ ਮੇਰੀ ਬੇਨਤੀ ਆ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਮਹਾਰਾਜ ਕਹਿੰਦੇ ਰੋਟੀਆਂ ਕਾਰਣ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਇਹ ਆ ਪ੍ਰਸ਼ਾਦੇ ਪਾਣੀ ਦਾ ਚੱਕਰ ਇਹਨਾਂ ਨੇ ਬਣਾਇਆ। ਅੱਜ ਦੀ ਮੇਨ ਗੱਲ ਇਸ ਕਰਕੇ ਹੋਣੇ ਆ ਵੀ ਇੱਥੇ ਬਣ ਲੱਗੀ ਸੀ ਚਰਚ, ਅਸੀਂ ਇੱਥੇ ਚਰਚ ਰੋਕਾਂਗੇ, ਅਸੀਂ ਨਹੀਂ ਬਣ ਦੇਣੀ। ਪਿੰਡ ਵਾਲੇ ਵੀ ਵਿਰੋਧ ਕਰਦੇ ਆ। ਵੇਖੋ ਜੀ, ਪਿੰਡ ਦੀ ਸੰਗਤ ਨੇ ਸੱਦਿਆ ਵੀ ਆ, ਸਾਨੂੰ ਫੋਨ ਵੀ ਗਏ ਆ। ਤੇ ਬਾਕੀ ਦਲ ਪੰਥ ਜਿਹੜਾ ਵਾ, ਬਿਲਕੁਲ ਜਿਹੜਾ ਜਿੱਦਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਪਹਿਲਾਂ ਲੋਕੀ ਅਸੀਂ ਵੀ ਕਹਿੰਦੇ ਹੁੰਦੇ ਸੀ, ਮੈਂ ਸਤਿਕਾਰ ਕਮੇਟੀ 'ਚ ਪਹਿਲਾਂ ਮੈਂ ਬੜਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਜੀ ਤੁਸੀਂ ਕਰਦੇ ਕੁਛ ਨਹੀਂ ਗੇ, ਤੁਹਾਡੀ ਦੇਣ ਕੀ ਫਲਾਨਾ ਢਿੰਗੜਾ। ਅਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਮੈਂ ਖੁਦ ਹਾਂ, ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇਖੋ ਤੁਹਾਡੇ ਸਾਹਮਣੇ ਸਿੰਘ ਬੈਠੇ ਆ, ਤਿਆਰਪੁਰ ਤਿਆਰ ਬਾਣਿਆਂ ਦੇ ਵਿੱਚ। ਅਤੇ ਜਿਹੜਾ ਨਿਹੰਗ ਸਿੰਘਾਂ ਨੂੰ ਤਾਨਾ ਵੱਜਦਾ ਸੀ, ਅੱਜ ਨਿਹੰਗ ਸਿੰਘ ਬੈਠੇ ਆ ਇੱਥੇ। ਅਤੇ ਅਸੀਂ ਜੋ ਧਰਮ ਦੀ ਗੱਲ ਆ, ਸੱਚ ਦੀ ਗੱਲ ਆ, ਉੱਤੇ ਪਹਿਰਾ ਦੇਵਾਂਗੇ। ਬਾਕੀ ਜਿਹੜਾ ਸਾਡੇ ਧਰਮ ਦੇ ਖਿਲਾਫ਼ ਗੱਲਾਂ ਬਾਤਾਂ ਕਰਦੇ ਨੇ, ਵੇਖੋ ਅਸੀਂ ਇਹਨਾਂ ਦੁਸ਼ਮਣ ਨਹੀਂ ਗੇ। ਪਰ ਮੇਰੀ ਕਿਤੇ ਨਾ ਕਿਤੇ ਇਸ ਈਸਾਈ ਧਰਮ ਦੇ ਨਾਲ ਕੋਈ ਗੱਲਬਾਤ ਹੋ ਕੇ ਤਾਂ ਮੈਂ ਜੇਲ੍ਹ ਵੀ ਕੱਟ ਕੇ ਆਇਆ। ਕਾਰਨ ਕੀ ਹੋਇਆ ਕਿ ਇਹ ਸਾਡੇ ਧਰਮ ਦੇ ਵੀ ਖਿਲਾਫ਼ ਬੋਲਦੇ ਆ। ਬਾਬਾ ਦੀਪ ਸਿੰਘ ਜੀਆਂ ਨੂੰ ਅਪਸ਼ਬਦ ਬੋਲਦੇ ਆਏ,
ਇਹ ਛੋਟੀ ਛੋਟੀਆਂ ਬੱਚੀਆਂ ਸੁਣ ਕੇ ਕਈ ਇਹਨਾਂ ਦੇ ਡਰਾਈਵਰਾਂ ਨੇ ਇਹੋ ਜਿਹੇ ਕੰਮ ਕੀਤੇ, ਬੈਟਰੀਆਂ ਦੀਆਂ ਤਾਰਾਂ ਪੁੱਟ ਦੇਣੀਆਂ ਸਕੂਲ ਵਾਲੀਆਂ ਗੱਡੀਆਂ ਦੀਆਂ, ਫਿਰ ਬੱਚਿਆਂ ਨੂੰ ਕਹਿਣਾ ਜੀ ਤੁਸੀਂ ਪ੍ਰਾਰਥਨਾ ਕਰੋ ਆਪਣੇ ਗੁਰੂਆਂ ਅੱਗੇ, ਤੇ ਜਦੋਂ ਗੁਰੂਆਂ ਦੇ ਕਹੇ ਤੇ ਉਹ ਗੱਡੀ ਸਟਾਰਟ ਨਾ ਹੋਣੀ, ਗੁਰੂ ਉੱਥੇ ਕੀ ਕਰੂਗਾ ਜਦੋਂ ਤਾਰ ਹੀ ਬੈਟਰੀ ਦੀ ਪੁੱਟੀ ਆ? ਹਾਂਜੀ, ਤੇ ਫਿਰ ਇਹਨਾਂ ਕਹਿਣਾ ਵੇਖੋ ਪ੍ਰਭੂ ਜੱਸੂ ਦਾ ਨਾਂ ਲਓ ਤੇ ਗੱਡੀ ਸਟਾਰਟ। ਇਹੋ ਜਿਹੇ ਪਖੰਡਵਾਦ ਕਰਦੇ ਆ, ਤਾਂ ਕਰਕੇ ਇਹਨਾਂ ਦੇ ਖਿਲਾਫ ਆ ਅਸੀਂ। ਨਿੱਜੀ ਪ੍ਰਾਪਰਟੀ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਆਪਾਂ। ਨਿੱਜੀ ਪ੍ਰਾਪਰਟੀ ਦੇ ਉੱਤੇ ਕੋਈ ਸ਼ਰਾਬ ਦੀ ਭੱਠੀ ਲਾਈ ਹੁੰਦੀ ਹੈ ਕਿਸੇ ਨੇ? ਨਿੱਜੀ ਪ੍ਰਾਪਰਟੀ ਜੀ ਆਪਣੇ ਜੋ ਸਮੈਕ ਵੇਚਣ ਲਿਆਂਦਾ ਕੋਈ ਹਨਾ, ਇਸ ਕਰਕੇ ਕੋਈ ਧਰਮ ਦਾ ਪ੍ਰਚਾਰ ਨਹੀਂ ਗਾ, ਪਖੰਡਵਾਦ ਆਪਾਂ ਕਵਾਂਗੇ ਲੋਕਾਂ ਨੂੰ ਮਸਲਾ ਹੈ। ਹਾਂਜੀ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਿਸਤਾਰ ਦੇ ਨਾਲ ਭਾਈ ਰਣਜੀਤ ਸਿੰਘ ਜੀ ਦੱਸਦਾ ਵਾ, ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ, ਮਿਸ਼ਲ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਰੰਗਰੇਟੇ ਗੁਰੂ ਕੇ ਬੇਟੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਜਥਾ ਪਹੁੰਚਿਆ ਵਾ ਇੱਥੇ। ਭਾਈ ਸਾਹਿਬ ਹੋਣਾਂ ਨੇ ਭਾਈ ਸਾਹਿਬ ਨੂੰ ਫੋਨ ਕੀਤਾ ਸੀ, ਅਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਚਲੋ ਭਾਈ ਸਾਹਿਬ ਵੀ ਦੱਸਦਾ ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਆ। ਦੇਖੋ ਜਿਹਦੇ ਇਹਨਾਂ ਦੇ ਪੌਪ ਕਹਿ ਰਹੇ ਆ ਕਿ ਜਿੱਥੇ ਚਰਚਾਂ ਬਣੀਆਂ ਵਾ, ਚਾਹੇ ਇਹਨਾਂ ਦੇ ਗਿਰਜੇ ਘਰ ਬਣੇ ਆ, ਜਿਸ ਤਰ੍ਹਾਂ ਗੁਰਦੁਆਰੇ ਮੇਨ ਬਣੇ ਆ, ਉੱਥੇ ਬਣਾਉਣ, ਉੱਥੇ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ ਆ। ਵੇਖੋ ਜਦੋਂ ਇੱਕ ਨਹੀਂ ਅਨੇਕਾਂ ਪਿੰਡਾਂ 'ਚ ਇਹਨਾਂ ਨੇ ਇਹ ਟੀਚਾ ਬਣਾ ਲਿਆ ਕਿ ਜਿੱਥੇ ਗੁਰਦੁਆਰਾ ਸਾਹਿਬ ਆ, ਗੁਰਦੁਆਰੇ ਸਾਹਿਬਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਇੱਕ ਵਿਵਾਦ ਫੈਲਾ ਰਹੇ ਆ, ਕਿਉਂਕਿ ਜਦੋਂ ਵਿਵਾਦ ਫੈਲੂਗਾ ਫਿਰ ਜਿਹੜੀ ਪਬਲਿਕ ਆ ਲੜੂਗੀ। ਵੇਖੋ ਇੱਕ ਬੰਨੇ ਸ਼ਾਮ ਨੂੰ ਰਹਿਰਾ ਸਾਹਿਬ ਦੇ ਟਾਈਮ ਬਾਣੀ ਚੱਲੂਗੀ, ਇੱਕ ਟਾਈਮ ਇਹ ਆਪਣਾ ਚਲੋ ਜੋ ਵੀ ਕੋਈ ਕਰਦੇ ਆ ਬਾਣੀ ਪੜ੍ਹਦੇ ਆ, ਚਾਹੇ ਕੋਈ ਆਪਣੀ ਬੰਦਗੀ ਕਰਦੇ ਆ, ਕਰਨਗੇ ਤਾਂ ਵੇਖੋ ਲੜਾਈ ਨਾ ਵਧੂਗੀ। ਇਸ ਕਰਕੇ ਸਾਡੀ ਪ੍ਰਸ਼ਾਸਨ ਗਾੜੀ ਵੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਪ੍ਰਸ਼ਾਸਨ ਚਾਹੇ, ਚਾਹੇ ਕੋਈ ਇਹਨਾਂ ਦੇ ਜਿਹੜੇ ਪੌਪ ਵਾ, ਚਾਹੇ ਜਿਹਨਾਂ ਦੇ ਸੀਨੀਅਰ, ਉਹਨਾਂ ਨੂੰ ਸਮਝਾਉਣ ਕਿ ਜਿੱਥੇ ਜਿੱਥੇ ਗਿਰਜਾਘਰ ਬਣਦਾ ਵਾ ਕੋਈ ਇਹਨਾਂ ਦੀ ਹੱਦਬੰਦੀ ਹੋਵੇ, ਕੋਈ 2 ਕਿਲੋਮੀਟਰ, ਕੋਈ 5 ਕਿਲੋਮੀਟਰ, ਕੋਈ 10 ਕਿਲੋਮੀਟਰ, ਜਿੱਥੇ ਪੱਕੀਆਂ ਚਰਚਾਂ ਬਣੀਆਂ ਉੱਥੇ ਜਾਣ। ਜਿੱਦਾਂ ਸਾਡੇ ਧਾਰਮਿਕ ਇਤਿਹਾਸਕ ਗੁਰਦੁਆਰੇ ਸਾਹਿਬ ਬਣੇ ਆ, ਹਰਿਮੰਦਰ ਸਾਹਿਬ ਆ, ਹੋਰ ਵੀ ਲਾ ਲਓ ਕਿ ਇੱਕ ਨਹੀਂ ਇਤਿਹਾਸਕ ਗੁਰਦੁਆਰੇ ਆ ਜੀ ਸਾਡੇ ਪਿੰਡਾਂ ਦੇ ਵਿੱਚ, ਕੋਈ 1-2 ਗੁਰਦੁਆਰਾ ਬਣਿਆ, ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਵੀ ਦਿੱਤਾ ਵਾ ਕਿ ਸਾਰੇ ਗੁਰਦੁਆਰੇ ਇਕੱਠੇ ਕਰਕੇ ਇੱਕ ਗੁਰਦੁਆਰਾ ਬਣਾਓ, ਕਿਉਂਕਿ ਅੱਗੇ ਵਿਵਾਦ ਬਹੁਤ ਖਿਲ ਰਿਹਾ, ਕੋਈ ਜਾਤਾਂ ਪ੍ਰਤੀ ਖਿਲ ਰਿਹਾ ਵਾ, ਕੋਈ ਘਣਾਮ ਚੌਧਰੀ ਖਰਾਬ ਕਰ ਦਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਆ, ਜਿਹੜੇ ਵਿਵਾਦ ਫੈਲਾਉਂਦੇ ਆ, ਤੇ ਮਹਾਰਾਜ ਚਲੋ ਉਹਨਾਂ ਨੂੰ ਆਪੇ ਪਛਾਣੂ ਜਿਹੜੇ ਸਿਰਾਂ ਦੇ ਪੱਗਾਂ ਬੰਨ ਕੇ ਇਹੋ ਜਿਹੇ ਬੰਦਿਆਂ ਦੇ ਨਾਲ ਤੁਰ ਕੇ ਗਲਤ ਨੀਤੀਆਂ ਕਰਦੇ ਆ। ਤੇ ਚਲੋ ਜ਼ਿਆਦਾ ਟਾਈਮ ਤੇ ਮੈਂ ਨਹੀਂ ਲੈਂਦਾ, ਕਿਉਂਕਿ ਸਾਰਿਆਂ ਸੰਗਤਾਂ ਨੇ ਵਿਚਾਰ ਦੱਸਣੇ, ਮੇਰੀ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਗਾੜੀ, ਕਿਉਂਕਿ ਸਿੰਘ ਡਟ ਗਏ ਆ, ਅਸੀਂ ਤੇ ਡਟ ਕੇ ਵਿਰੋਧ ਵੀ ਕਰਾਂਗੇ, ਜੋ ਕੁਝ ਵੀ ਉਹ ਵੀ ਕਰਾਂਗੇ, ਜਿਹੜਾ ਕੋਈ ਆਊਗਾ ਉਹ ਆਪਣਾ ਭੁਗਤੂ ਆਪਣਾ ਆਪ। ਇਸ ਕਰਕੇ ਮੇਰੀ ਪ੍ਰਸ਼ਾਸਨ ਗਾੜੀ ਹੱਥ ਜੋੜ ਕੇ ਬੇਨਤੀ ਆ, ਤੇ ਜਿਹੜਾ ਵੀਰ ਇੱਥੇ ਕੋਈ ਚਰਚ ਬਣਾ ਰਿਹਾ ਉਹਦੇ ਗਾੜੀ ਵੀ ਬੇਨਤੀ ਆ ਕਿ ਇੱਥੇ ਨਾ ਆਇਓ, ਚਰਚ ਨਹੀਂ ਅਸੀਂ ਬੰਦ ਨਹੀਂ, ਸਿੰਘ ਆ ਕੇ ਬਹਿ ਗਏ ਇੱਥੇ, ਜੋ ਵੀ ਫੈਸਲਾ ਸਾਡੇ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਸਾਨੂੰ ਕਹਿਣਗੇ ਉਹ ਉਹਨਾਂ ਅਨੁਸਾਰ ਹੁਕਮਾਂ ਅਨੁਸਾਰ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।